ਅਸੀਂ ਰਲ ਕੇ ਅੱਜ ਡੀਸੀ ਸਾਹਿਬ ਕੋਲ ਆਏ ਸੀ, ਉਹਨਾਂ ਨੂੰ ਅਸੀਂ ਅੱਜ ਇੱਕ ਮੰਗ ਪੱਤਰ ਦਿੱਤਾ। ਉਹਨਾਂ ਨੂੰ ਅਸੀਂ ਬੇਨਤੀ ਕਰੀ ਹੈ ਕਿ ਜਿਹੜੇ ਇਹ ਆਹ ਮਹੀਨੇ ਦੇ ਅਖੀਰਲੇ ਦਿਨ ਨੇ, 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜੇ ਨੇ ਸ਼ਹਾਦਤ ਦੇ ਦਿਨ ਨੇ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ 5 ਇਹਦੇ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਵੰਸ਼ ਦੇ ਵਿੱਚੋਂ। ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਜਿਨ੍ਹਾਂ ਨੇ ਸ਼ਹੀਦੀਆਂ ਹੋਈਆਂ ਨੇ ਜੰਗਾਂ ਦੇ ਵਿੱਚ। ਵੀ ਇਹ ਸ਼ਹਾਦਤਾਂ ਦੇ ਦਿਨ ਨੇ, ਵੀ ਇਹ ਸ਼ਹਾਦਤਾਂ ਦੇ ਦਿਨ ਦੇ ਵਿੱਚ ਕਿਸੇ ਵੀ ਇੱਕ ਦਿਨ ਜਿਹੜਾ ਹੈ ਤੁਸੀਂ ਇੱਥੇ ਮੀਟ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਨੇ ਜਿਹੜੀਆਂ ਉਹ ਸਾਰੀਆਂ ਬੰਦ ਕੀਤੀਆਂ ਜਾਣ ਇੱਕ ਦਿਨ ਲਈ, ਕਿਸੇ ਵੀ ਦਿਨ ਲਈ। ਉਹਨਾਂ ਨੂੰ ਅਸੀਂ ਇਹ ਬੇਨਤੀ ਕਰੀਏ 28 ਤਰੀਕ ਨੂੰ, ਅਸੀਂ ਉਹਨਾਂ ਨੂੰ 28 ਤਰੀਕ ਦੀ ਦਿੱਤੀ ਹੈ ਕਿਉਂਕਿ ਜਿਹੜੀ ਸਰਕਾਰ ਨੇ ਉਹ ਵੀ 28 ਤਰੀਕ ਦੀ ਛੁੱਟੀ ਡਿਕਲੇਅਰ ਕਰੀ ਹੈ। ਅਤੇ ਅਸੀਂ ਇਹ ਚਾਹੁੰਦੇ ਵੀ 28 ਤਰੀਕ ਨੂੰ ਜਿਹੜੀਆਂ ਇਹ ਦੁਕਾਨਾਂ ਬੰਦ ਹੋਣ। ਅਸੀਂ ਅੱਜ ਪਹਿਲੀ ਵਾਰ ਅਸੀਂ ਇਸ ਸਥਾਨ ਦੇ ਉੱਪਰ ਸੰਗਰੂਰ ਦੇ ਵਿੱਚੋਂ ਇਹ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸੁਨੇਹਾ ਅਸੀਂ ਤੁਹਾਡੇ ਮੀਡੀਆ ਰਾਹੀਂ ਵੀ ਇਹੀ ਦੇਣਾ ਚਾਹੁੰਦੇ ਹਾਂ। ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ, ਸਾਡੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਇਸ ਮੰਗ 'ਤੇ ਗੌਰ ਕਰਨ ਅਤੇ 28 ਤਰੀਕ ਨੂੰ ਜਿਹੜੇ ਨੇ ਸਮੁੱਚੇ ਸ਼ਹਿਰ ਦੇ ਜਿੰਨੇ ਵੀ ਦੁਕਾਨਾਂ ਨੇ, ਵਾਈਨ ਸ਼ੋਪਸ ਨੇ, ਉਹ ਸਾਰੀਆਂ ਦੀਆਂ ਸਾਰੀਆਂ ਬੰਦ ਕੀਤੀਆਂ ਜਾਣ ਤਾਂ ਕਿ ਜਿਹੜੀ ਸ਼ਹਾਦਤ ਹੈ ਇੱਕ ਉਹਨਾਂ ਨੂੰ ਸਮਰਪਿਤ ਹੋਵੇ। ਜਿੰਨੇ ਬੰਦੇ ਇੱਥੇ ਸ਼ਹੀਦੀਆਂ ਪ੍ਰਾਪਤ ਕਰੀਆਂ ਨੇ ਆਹ ਦਿਨਾਂ ਦੇ ਵਿੱਚ, ਉਹਨਾਂ ਨੂੰ ਇਹ ਇੱਕ ਸ਼ਹਾਦਤ ਦਾ ਸਾਡਾ ਇੱਕ ਇਹ ਪੈਗਾਮ ਹੈ ਵੀ ਸਾਡੀ ਕੌਮ ਦੇ ਵਿੱਚ ਇੰਨੀਆਂ ਸ਼ਹਾਦਤਾਂ ਹੋਈਆਂ ਨੇ, ਉਸ ਲਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅੱਜ। ਅੱਜ ਅਸੀਂ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼ਹਿਰ ਸੰਗਰੂਰ ਦੀਆਂ ਇਕੱਠੀਆਂ ਹੋ ਕੇ, ਜੋ ਸ਼ਹੀਦੀ ਦਿਹਾੜੇ ਛੋਟੇ ਸਾਹਿਬਜ਼ਾਦੇ ਦੇ, ਜਿਹਨੂੰ ਅਸੀਂ ਸਭਾ ਦਿਨ ਵੀ ਕਹਿੰਦੇ ਹਾਂ, ਉਸਦੇ ਸੰਬੰਧ ਵੀ ਡੀ ਸਾਨੂੰ ਮੰਗ ਪੱਤਰ ਦੇ ਕੇ ਹਾਂ ਸਮੁੱਚੀ ਤਾਲਮੇਲ ਕਮੇਟੀ ਵੱਲੋਂ, ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਬੜੇ ਸੋਗ ਦੇ ਦਿਨ ਨੇ, ਜਿੱਥੇ ਅਕਾਲ ਤਖ਼ਤ ਨੂੰ ਹੁਕਮ ਆਇਆ ਜੀ ਸਰੋਪਾ ਤੱਕ ਵੀ ਕਿਸੇ ਨੂੰ ਬਖਸ਼ਿਸ਼ ਨਹੀਂ ਕਰ ਸਕਦੇ, ਸੋ ਉਸ ਲੀਹ ਦੇ ਚੱਲਦੇ ਹੋਏ ਅਸੀਂ ਸਿੱਖ ਪੰਥ ਨੂੰ ਚੜ੍ਹਦੀ ਕਲਾ ਲਿਜਾਣ ਵਾਸਤੇ ਔਰ ਛੋਟੇ ਸਾਹਿਬਜ਼ਾਦਿਆਂ ਸ਼ਹਾਦਤ ਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ, ਆਪਣੀ ਨਵੀਂ ਪੀੜ੍ਹੀ ਨੂੰ ਦੱਸਣ ਵਾਸਤੇ ਛੋਟੇ ਸਾਹਿਬਜ਼ਾਦੇ ਕੀ ਸਾਡੇ ਸਾਹਿਬਜ਼ਾਦੇ ਉਹ ਕਿਹੜੀ ਵੰਸ਼ ਸੀ, ਕਿਵੇਂ ਸ਼ਹੀਦੀਆਂ ਪਾਈਆਂ, ਨੀਂਦ ਨਹੀਂ ਮੰਨੀ, ਧਰਮ ਨਹੀਂ ਹਾਰਿਆ ਉਹਨਾਂ ਨੇ, ਵੀ ਘੱਟੋ ਘੱਟ ਸਰਕਾਰ ਨੂੰ ਇਸ ਦਿਨਾਂ ਦੇ ਵਿੱਚ ਘੱਟੋ ਘੱਟ ਇੱਕ ਦਿਨ ਜੋ ਹੈ ਜਿਹੜੇ ਮੀਟ ਅੰਡੀਆਂ ਦੁਕਾਨਾਂ ਜਾਂ ਵਾਈਨ ਸ਼ੋਪਸ ਨੇ, ਸ਼ਰਾਬ ਦੀਆਂ ਦੁਕਾਨਾਂ, ਉਹ ਬੰਦ ਰੱਖਣ ਲਈ ਮੰਗ ਪੱਤਰ ਦੇ ਕੇ ਆਏ ਹਾਂ। ਉਹ ਪੂਰੀ ਹੋਪਫੁਲ ਅਸੀਂ ਇਸ ਗੱਲ ਨੂੰ ਕਰ ਰਹੇ ਹਾਂ ਵੀ ਸਰਕਾਰ ਸਾਡੀ ਇਸ ਗੱਲ ਨੂੰ ਮੰਨੇ, ਡੀ ਸਾਹਿਬ ਰਾਹੀਂ ਸਰਕਾਰ ਤੱਕ ਗੱਲ ਪਹੁੰਚੇ, ਕਿਉਂਕਿ ਸੀ ਐਮ ਸਿਟੀ ਹੈ, ਸੀ ਐਮ ਸਾਡੇ ਸੰਗਰੂਰ ਹੀ ਰਹਿੰਦੇ ਨੇ। ਸੋ ਇਹ ਮੰਗ ਪੱਤਰ ਸਮੁੱਚੇ ਕਮੇਟੀਆਂ ਵੱਲੋਂ ਇਸ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਦੇ ਹਾਂ ਸੀ ਐਮ ਪੰਜਾਬ ਨੂੰ ਵੀ ਇੱਕ ਨਵੀਂ ਰੀਤ ਸ਼ੁਰੂ ਕਰਕੇ, ਜਿਵੇਂ ਉਹਨਾਂ ਨੇ ਸ਼ਹੀਦਾਂ ਯਾਦਾਂ ਬਣਾ ਸ਼ੁਰੂ ਕੀਤਾ, ਵੀ ਇਹ ਦਿਨ ਵੀ ਸ਼ਹੀਦਾਂ ਨੂੰ, ਇਸ ਤੋਂ ਵੱਡੀ ਸ਼ਹੀਦੀ ਕਿਸੇ ਵੀ ਧਰਮ 'ਚ ਨਹੀਂ ਹੈ, ਕਿਉਂਕਿ ਹਿੰਦੂ ਧਰਮ ਲਈ ਵੀ ਇਸ ਜਿਹੜੀ ਪਰਿਵਾਰ ਨੇ ਸ਼ਹੀਦੀ ਦਿੱਤੀ, ਉਹਨੇ ਪਿਤਾ ਜੀ ਦੇ ਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰਤਾ। ਸੋ ਇੱਕ ਛੋਟੀ ਜਿਹੀ ਮੰਗ ਪੱਤਰ ਹੈ, ਲੇਕਿਨ ਬਹੁਤ ਵੱਡੀ ਮੰਗ ਹੈ ਪ੍ਰਸ਼ਾਸਨ ਲਈ, ਛੋਟੀ ਜਿਹੀ ਗੱਲ ਹੈ ਇਹ ਵਾਲੀ। ਇਹਨਾਂ ਦਿਨਾਂ ਘੱਟੋ ਘੱਟ ਇੱਕ ਦਿਨ ਜੋ ਹੈ ਮੀਟ ਅੰਡੇ ਦੁਕਾਨਾਂ ਦੇ ਵਾਈਨ ਸ਼ੋਪ ਬੰਦ ਰੱਖੇ ਆ।